ਅੱਛਾ ਸਾਡੇ ਹਾਲਾਤ ਬਹੁਤ ਡਾਊਨ ਆ, ਸਾਡੇ ਦਿਨ ਵੀ ਬਹੁਤ ਮਾੜੇ ਆ। ਮੇਰੇ ਛੋਟੇ ਛੋਟੇ ਬੱਚੇ ਆ, ਤਿੰਨ ਖਾਣ ਵਾਲੇ, ਮੇਰੇ ਬੰਦੇ ਨੂੰ ਦਿਲ ਦਾ ਮਸਲਾ, ਮੇਰਾ ਛੋਟਾ ਜਿਹਾ ਬੱਚਾ ਉਹਨੂੰ ਜਿਗਰ ਦਾ ਮਸਲਾ, ਸਾਡੇ ਕੋਲ ਇਲਾਜ ਵਾਸਤੇ ਪੈਸੇ ਨਹੀਂ ਹੈਗੇ। ਆ ਮੇਰੀ ਸੱਸ ਨੇ ਸਾਨੂੰ ਹਾਤਾ ਦਿੱਤਾ ਹੋਇਆ ਵਾ, ਸਾਡੇ ਕੋਲ ਸੇਲ ਲੁਕਾਉਣ ਵਾਸਤੇ ਜਗ੍ਹਾ ਵੀ ਨਹੀਂ ਹੈਗੀ। ਅਸੀਂ ਅੱਛਾ ਕਿਹੜੇ ਪਾਸੇ ਅਸੀਂ ਜਾਈਏ? ਅਸੀਂ ਕਿਸੇ ਟਾਈਮ ਇੰਨੇ ਵੀ ਅਮੀਰ ਸੀ, ਸਾਡੇ 3 ਟਾਈਮ ਸਾਲਣ ਪੱਕਦਾ ਸੀ, ਅੱਜ ਅਸੀਂ ਕੱਖਾਂ ਤੋਂ ਵੀ ਹੋ ਲਿਆ, ਕਿਸੇ ਟਾਈਮ ਸਾਲਣ ਨਹੀਂ ਪੱਕਦਾ ਸੀ, ਪਾਣੀ ਨਾਲ ਰੋਟੀ ਖਾ ਨਹੀਂ ਕੇ ਸੋ ਪਹਿਲੇ ਵੀ ਜਾਈਦਾ। ਕਿਹਾ ਸੀ 3 ਟਾਈਮ ਖਾਣਾ ਬਣਾਉਣਾ ਪਹਿਲਾਂ ਠੀਕ ਸੀ, ਪਹਿਲਾਂ ਦਿਹਾੜੀ ਵੀ ਸਹੀ ਲੱਗਦੀ, ਮੇਰੇ ਬੰਦੇ ਦਾ ਕੰਮ ਸਹੀ ਲੱਗਦਾ ਸੀ, ਹੁਣ ਕੰਮ ਵੀ ਨਹੀਂ ਲੱਗਦਾ, ਬਹੁਤ ਹਾਲਾਤ ਮਾੜੇ ਆ ਸਾਡੇ। ਹਾਂਜੀ, ਇਹ ਘਰ ਮੇਰਾ ਨਹੀਂ ਹੈਗਾ, ਇਹ ਮੇਰੇ ਦੇਰ ਦਾ ਘਰ ਆ, ਉਹਦਾ ਹਿੱਸਾ ਵਾ, ਮੇਰਾ ਉੱਪਰਲਾ ਹਿੱਸਾ ਵਾ, ਇਹਨਾਂ ਨੇ ਮੈਨੂੰ ਦਿੱਤੀ ਹੋਈ ਆ ਸੇਲ ਲੁਕਾਉਣ ਵਾਸਤੇ, ਉਹ ਜਗ੍ਹਾ ਸਾਰੀ ਉਹਨਾਂ ਦੀ ਆ, ਮੇਰੀ ਜਗ੍ਹਾ ਹਾਂਜੀ ਇਹੀ ਆ, ਕੱਚੀ ਕੋਠੀ ਆ ਮੇਰੇ ਕੋਲ, ਜਗ੍ਹਾ ਹੈ ਨੀ ਕਿ ਸਾਡੇ ਕੋਲ ਕਿਤੇ ਵੀ ਨਾ ਬੈਠਣ ਨੂੰ ਨਾ ਪੈਣ ਨੂੰ ਕਿਤੇ ਵੀ ਹੈ ਨੀ ਗੀ, ਅਸੀਂ ਏਦਾਂ ਹੀ ਗੁਜ਼ਾਰਾ। ਹਾਂਜੀ, ਸੋਨੇ ਦੀ ਕੋਈ ਵੀ ਨਹੀਂ ਹੈਗੀ, ਹਾਂਜੀ ਸਾਡੇ ਕੋਲ ਕੁਛ ਵੀ ਨਹੀਂ ਹੈਗਾ। ਨੂੰ ਤੰਗੀ ਹੁੰਦੀ ਬਾਹਰ ਜਾਵਾਂ, ਬਾਹਰਲੇ ਗੱਲਾਂ ਕਰਦੇ, ਘਰ ਆ ਘਰ ਦੇ ਕਰਦੇ ਆ, ਮੈਂ ਜਵਾਨ ਜਹਾਨ ਆ, ਮੈਂ ਕਿਹੜੇ ਪਾਸੇ ਜਾਵਾਂ? ਮੇਰਾ ਛੋਟਾ ਜਿਹਾ ਬੱਚਾ ਵਾ, ਅੱਛਾ ਉਹਨੂੰ ਇਹ ਕੀ ਬੱਚਾ ਹੈ? ਨਹੀਂ, ਮੇਰੇ 3 ਬੇਟੇ ਆ, ਉਸ ਬੱਚੇ ਨੇ ਮੇਰੇ ਜਿਗਰ ਦਾ ਮਸਲਾ, ਉਹ 6ਵੇਂ ਸਾਲ ਚ ਮੇਰਾ ਬੱਚਾ। ਉਹ ਆਪਕੇ ਸੁਸਰ ਹੈ? ਹਾਂਜੀ, ਉਹ ਮੇਰਾ ਸੋਹਰਾ ਵਾ, ਮੇਰੀ ਸੱਸ ਵਾ। ਅੱਛਾ, ਹਾਂਜੀ ਆ ਉਹਨਾਂ ਦੀ ਜਗ੍ਹਾ ਸਾਰੀ, ਮੇਰੀ ਜਗ੍ਹਾ ਹੈ ਨੀ, ਮੇਰੀ ਜਗ੍ਹਾ ਸਿਰਫ ਇਹੀ ਇਹਨਾਂ ਨੂੰ ਦਿੱਤੀ ਹੋਈ ਆ, ਮੇਰੇ ਕੋਲ ਜਗ੍ਹਾ ਵੀ ਹੈ ਨੀ ਗੀ। ਹਾਂਜੀ ਹਾਂਜੀ ਆ ਬਾਹਰ ਵਾਲੀ ਜਗ੍ਹਾ ਦਿੱਤੀ ਹੋਈ ਆ। ਹਾਂਜੀ 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 ਦਿਹਾੜੀ ਕਰਦਾ, ਮਜ਼ਦੂਰੀ ਕਦੀ ਲੱਭਗੀ ਕਦੀ ਨਾ ਲੱਭੀ, ਨਾ ਹੋਇਆ ਵਰਗੀ ਆ, ਹੁਣ ਵੀ ਕਦੀ ਕੰਮ ਨੀ ਲੱਗਿਆ, ਵਿਹਲਾ ਹੀ ਫਿਰਦਾ ਵਾ, ਬਸ ਹੁਣ ਕੱਖਾਂ ਤੋਂ ਵੀ ਹੋਲੇ, ਨਾ ਆਟਾ ਵਾ ਨਾ ਦਾਣੇ ਆ ਘਰ ਦੇ, ਕੋਈ ਚੀਜ਼ ਵੀ ਸਾਡੇ ਕੋਲ ਹੈ ਨੀ। ਆ ਬਰਾਂਡਾ ਵਾ, ਹਾਂਜੀ ਹਾਂਜੀ ਆ ਸਾਰਿਆਂ ਗੰਢੇ ਤੁੜਕਣੇ, ਮੇਰੀ ਸੱਸ ਨੇ ਮੈਨੂੰ ਬੇਸਣ ਦਿੱਤਾ, ਬੇਸਣ ਦੀਆਂ ਬੱਤੀਆਂ ਬਣਾਈਆਂ ਉਹਨੇ ਦਿੱਤਾ ਵਾ ਉਹਨੇ, ਹਾਂਜੀ ਦੇਖ ਲੋ, ਬੇਸਣ ਕੀ ਬੇਸਣ ਦੀਆਂ ਬੱਤੀਆਂ ਮੇਰੀ ਸੱਸ ਨੇ ਬਣਾ ਕੇ ਦਿੱਤੀਆਂ, ਕਹਿੰਦੀ ਪੁੱਤ ਪਕਾ ਲਾ। ਹਾਂਜੀ ਹਾਂਜੀ ਇਹ ਬੇਸਣ ਦੀਆਂ ਬੱਤੀਆਂ ਨਾ, ਏਦਾਂ ਬੇਸਣ ਕੁਛ ਵੀ ਹੈ ਨੀ ਸੀ ਪਕਾਣੇ ਨੂੰ, ਅੱਜ ਨਾ ਮੇਰੇ ਮੀਏ ਦਾ ਕੰਮ ਲੱਗਦਾ ਵਾ। ਆਹ ਬਰਾਂਡਾ, ਇੱਥੇ ਅਸੀਂ ਮੰਜੀਆਂ ਡਾਹ ਲਈਦੀ ਆ, ਪੈ ਜਾਈਦੀ ਆ, ਮੀਂਹ ਤੋਂ ਸਾਨੂੰ ਬਾਰਿਸ਼ ਆਉਂਦੀ ਆ, ਫਿਰ ਅਸੀਂ ਭਿੱਜ ਵੀ ਜਾਂਦੇ ਆ, ਸਾਡੇ ਕੋਲ ਜਗ੍ਹਾ ਹੈ ਨੀ ਗੀ ਕੋਈ ਵੀ। ਹਾਂਜੀ ਆਹ ਕੱਚੀ ਕੋਠੀ ਆ, ਹਾਂਜੀ ਇਹ ਵੀ ਕੱਚੀ ਆ, ਹਾਂਜੀ ਆ ਬਾਂਸ ਪਾਏ ਹੋਏ ਹਲਕੇ ਫੁਲਕੇ, ਇਹ ਵੀ ਗਾਰਡਰ ਕਿਸੇ ਨੇ ਅਮਦਾਦ ਦਿੱਤੀ ਸੀ, ਅਸੀਂ ਤਾਂ ਕਰਕੇ ਆ ਗਾਰਡਰ ਪਾ ਲਿਆ, ਸਾਡੇ ਕੋਲ ਕਿਸੇ ਨੇ ਅਮਦਾਦ ਦਿੱਤੀ ਸੀ, ਅਸੀਂ ਟੀਅਰ ਤੇ ਆ ਟੈਲ ਪਾਈ ਹੋਈ ਆ। ਹਾਂਜੀ ਹਾਂਜੀ ਬੱਚਾ ਇਨਕਾ ਮਸਲਾ ਫਿਰ ਵੀ ਐਸਾ ਹੈ ਕਿ ਮੈਨੂੰ ਯਹਾਂ ਪੇ ਆਨਾ ਪੜ ਗਿਆ ਹੈ। ਹਾਂਜੀ ਬਾਜੀ, ਮੈਂ ਬਾਹਰ ਜਾਂਦੀ, ਬਾਹਰ ਦੇ ਗੱਲਾਂ ਕਰਦੇ, ਘਰ ਆ ਘਰ ਦੇ ਗੱਲਾਂ ਕਰਦੇ, ਮੈਂ ਕਿਹੜੇ ਪਾਸੇ ਜਾਵਾਂ? ਮੈਂ ਘਰ ਹੈ ਇਹ ਤੋਂ ਬਾਹਰ ਕਾਲਿਸਤੇ ਹਾਲ ਹੈ ਪਲਾਟ ਦਿੱਤਾ, ਕਿਹੜਾ ਮੇਰੇ ਚ ਹਸਤੀ ਸੀ ਤੇ ਆਪਣਾ ਬਣਾ ਸਕਦੇ ਆ, ਮੇਰਾ ਤਾਂ ਆਪ ਮੀਆਂ ਬੁੱਢਾ ਕੋਈ ਕੰਮ ਕਾਰ ਨੀ ਕਰਦਾ। ਮੇਰੇ ਬਾਹਰ ਜਾਂਦੇ, ਅਸੀਂ ਕਿਹੜੇ ਪਾਸੇ ਜਾਈਏ? ਸਾਨੂੰ ਵੀ ਕੋਈ ਦੱਸੋ, ਅਸੀਂ ਨਹੀਂ ਜਾ ਸਕਦੇ, ਸਾਰੀ ਦੁਨੀਆ ਗੱਲਾਂ ਕਰਦੀ, ਜਿੱਧਰ ਵੀ ਅਸੀਂ ਚਲੇ ਜਾਈਏ, ਮੇਰੀ ਸੱਸ ਕਹਿੰਦੀ ਆਪਣਾ ਬਣਾ ਲਓ ਆਪਣਾ ਬਣਾ ਲਓ, ਸਾਡੇ ਚ ਇੰਨੀ ਹਸਤੀ ਨਹੀਂ, ਅਸੀਂ ਗੁਰਬਤ ਦੇ ਮਾਂ ਕਰਦਾ, ਉਹਨੂੰ ਦਿਲ ਦਾ ਵੀ ਮਸਲਾ ਵਿਚਾਰੇ ਨੂੰ ਬਣਿਆ ਹੋਇਆ, ਉਹ ਤਾਂ ਆਪਣਾ ਨਿੱਕੇ ਨਿੱਕੇ ਹੁਣ ਬੱਚੇ ਕਦੇ ਦਿਹਾੜੀ ਲੱਗਦੀ, ਮਹੀਨਾ ਮਹੀਨਾ ਲੱਗਦਾ ਨੀ ਕੰਮ, 20-20 ਦਿਨ ਅੱਜ ਗਿਆ ਮਾੜਾ ਜਿਹਾ ਦਿਹਾੜੀ ਤੇ ਪਤਾ ਨੀ ਲੱਗਦੀ ਪੂਰੀ ਕਿ ਨਹੀਂ ਲੱਗਦੀ, ਗੁਰਬਤ ਦੇ ਮਾਰੇ ਆ। ਪਾਸ ਫਿਰ ਆਏ ਹੈ, ਅੱਜ ਦੂਸਰਾ ਦਿਨ ਹੈ ਕਿ ਫਾਈਨਲ ਬਾਜੀ ਇਨਕੀ ਖਵਾਹਿਸ਼ ਕਿਆ, ਕਿਉਂਕਿ ਇੱਕ ਬਾਰ ਹਾਸ਼ਮ ਕੇ ਸਾਥ ਵੀ ਇਹ ਮਸਲਾ ਹੋ ਚੁੱਕਾ ਹੈ, ਵੋ ਆਪਣੀ ਮਰਜ਼ੀ ਸੇ ਲੇਕਰ ਗਿਆ ਥਾ, ਤੋ ਪਤਾ ਹੈ ਕਿ ਬਸ ਸਿਸਟਰ ਕਹਿੰਦੀ ਕਿ ਨਹੀਂ ਮੁਝੇ ਵੋ ਨਹੀਂ ਚਾਹੀਏ, ਤੋ ਅਬ ਆਪ ਮੁਝੇ ਫਾਈਨਲ ਫਾਈਨਲ ਬਤਾਏ ਕਿ ਆਪ ਕਿਆ ਚਾਹਤੀ ਹੈ। ਕੋਈ ਨਾ, ਤੁਸੀਂ ਮੈਨੂੰ ਐਸੀ ਕੋਈ ਚੀਜ਼ ਦੇ ਦੋ, ਮੈਂ ਆਪਣਾ ਕਾਰੋਬਾਰ ਬਣਾ ਸਕਾਂ, ਮੈਂ ਉੱਥੇ ਛੱਤ ਪਾ ਲੂੰਗੀ, ਆਪਣੀ ਦੁਕਾਨਦਾਰੀ ਬਣਾ ਲੂੰਗੀ, ਮੈਂ ਆਪਣਾ ਆਪ ਯਾਨੀ ਕਿ ਕਾਰੋਬਾਰ ਸ਼ੁਰੂ ਕਰੂੰਗੀ, ਮੇਰਾ ਬੰਦਾ ਮਿਹਨਤ ਮਜ਼ਦੂਰੀ ਵੀ ਕਰੂਗਾ, ਕੋਈ ਨਾ ਇੰਨਾ ਕੁ ਹੋ ਸਕੇ ਉਹ ਮਿਹਨਤ ਮਜ਼ਦੂਰੀ ਲਿਆਓ, ਘਰ ਦਾ ਖਰਚਾ ਕਰ ਲੂੰ, ਮੈਂ ਬੱਚਤ ਕਰਕੇ ਆਪਣੇ ਵਾਸ਼ਰੂਮ ਤੇ ਆਪਣੀ ਦੁਕਾਨਦਾਰੀ ਬਣਾ ਲੂੰ, ਨਾ ਮੈਨੂੰ ਪਤਾ ਹੋ ਕਿੰਨੀ ਬੱਚਤ ਆਉਂਦੀ ਮੈਨੂੰ ਕਿੰਨੀ ਨਹੀਂ ਆਉਂਦੀ, ਗੁੰਜਾਇਸ਼ ਨਹੀਂ ਥੀ। ਹਾਂਜੀ ਹਾਂਜੀ, ਗੁੰਜਾਇਸ਼ ਹੁੰਦੀ ਬਣਾ ਵੀ ਲੈਣਾ, ਗੁੰਜਾਇਸ਼ ਹੁੰਦੀ ਤਾਂ ਸਾਰਾ ਕੁਛ
ਖੁਸ਼ੀ ਹੋ ਜਾਣਾ ਸੀ ਗੁੰਜਾਇਸ਼ ਨਹੀਂ ਹੈਗੀ ਉਹ ਮੇਰਾ ਕਮਰਾ ਡਿੱਗਿਆ ਪਿਆ ਛੱਤ ਵਾਸਤੇ ਹਿੰਮਤ ਨਹੀਂ ਸੀ ਕੁਛ ਮੈਂ ਮਿਹਨਤ ਮਨਜ਼ੂਰੀ ਕਰੂੰਗੀ ਮੈਂ ਆਸਤਾ ਆਸਤਾ ਤੁਸੀਂ ਕਰ ਦਿਓ ਆਸਤਾ ਆਸਤਾ ਮੈਂ ਹੋਰ ਸਮਾਨ ਪਾ ਲੂੰਗੀ ਬੱਚਤ ਕਰਦੀ ਰਹੂੰਗੀ ਆਪਣਾ ਯਾਨੀ ਕਿ ਮਿਹਨਤ ਮਨਜ਼ੂਰੀ ਕਰੂੰਗੀ ਹਾਂਜੀ ਕੋਈ ਵੀ ਕੰਮ ਹੋ ਜਾਵੇ ਹਾਂਜੀ ਕੋਈ ਸਮਾਨ ਹੋਵੇ ਕੋਈ ਏਦਾਂ ਵਗੈਰਾ ਡੱਬੇ ਵਗੈਰਾ ਚੀਜ਼ ਮੈਂ ਬੱਚਤ ਕਰਕੇ ਖੁਦ ਹੀ ਆਪਣਾ ਵਧਾਰੂ ਹਾਂਜੀ 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 ਖਰਾਬ ਨੀ ਇਹ ਨੀ ਖਰਾਬ ਹੁੰਦੇ ਜਿੰਨੀ ਦੇਰ ਮਰਜ਼ੀ ਪੈ ਰਹਿਣ ਇਹ ਚੀਜ਼ ਨੀ ਖਰਾਬ ਹੁੰਦੀ ਹੈਗੀ ਆਸਤਾ ਆਸਤਾ ਮੈਂ ਕਾਰੋਬਾਰ ਆਪਣਾ ਵਧਾਉਂਗੀ ਛੱਤ ਵੀ ਪਾਉਂਗੀ ਆਪਣਾ ਹੌਲੀ ਹੌਲੀ ਸਾਰਾ ਕਾਰੋਬਾਰ ਵਧਾ ਲੂੰਗੀ और इसके अलावा ये प्लास्टिक की छवि पच्ची है तो ये भी प्लास्टिक की पच्ची है ये भी प्लास्टिक की ये इसमें तीन पच्ची है एक के अंदर तीन होती है तो ये देखिए ये डिब्बे में एक दो तीन चार पाँच और ये बहुत अच्छे दिखते हैं मतलब के अगर हमें 50 रुपए का एक मिलता है तो ये 130 के 50 150 की है ये 150 की 130 की भी और 150 की बिक जाएंगी हाँ जी 20-30 रुपए पीछे से 30 रुपए की आती है काफी हाँ जी बचत काफी आ जाती है ना तो हाँ जी से काफी हाँ जी माशाल्लाह और डिजाइन के डिब्बे हाँ जी आप और डिजाइन दे ये और डिजाइन के माशाल्लाह और ये देखिए ये बड़े डिब्बे जिसके अंदर प्लास्टिक वगैरह सब कुछ वो लून मिर्चा वाले ये भी सही ठीक है ये भी बिक जाते हैं सही रेट पे हाँ जी माशाल्लाह और ये सब्जियां वगैरह रख लेते हैं ये छलियां हैं ਇਹ ਵੀ ਹੁਣ 150 ਦੀ ਇਹਦੇ ਚ ਬੱਚਤ ਸਹੀ ਆ ਜਾਂਦੀ ਆ ਚੀਜ਼ ਵਿੱਚ ਹਾਂਜੀ ਆਹ ਕੋਲੀਆਂ ਵੀ ਸਹੀ ਵਿਕ ਜਾਂਦੀਆਂ ਹਾਂਜੀ ਇਹ ਕੋਲੀਆਂ ਇਹ ਕਟੋਰੀਆਂ ਇਹ ਕੰਟੋਰੀਆਂ ਇਹ ਸਾਰਾ ਪਲਾਸਟਿਕ ਦਾ ਸਮਾਨ ਹੈ ਆਪਕੋ ਜੋ ਨਜ਼ਰ ਆ ਰਹਾ ਹੈ ਔਰ ਇਹ ਵੀ ਡੱਬਾ ਠੀਕ ਹੈ ਜਿਹੜਾ ਬਣਾਈ ਜਾਂਦੀ ਹੈ ਹਾਂਜੀ ਇਹ ਹੈ और ये डिब्बों के ऊपर मैं डिब्बे रखती आ रही हूँ और ये भी कटोरियां हैं और आगे ये कटोरियां अभी और कटोरियां भी हैं हाँ जी ये एक के अंदर 6 कटोरियां एक पैकेट के अंदर 6 कटोरियां होती हैं तो इन चीजों में भी ये सारे वो कचरा साफ करने वाले ही आते हैं क्या बोलते हैं 30 रुपए की 50 की बिक जाएगी 30-50 की हाँ जी बिक जाएगी और सामान है प्लास्टिक के बर्तन है ये सारे डिब्बे हैं ये पर्चियां हैं ये सारे जग हैं और ये बड़े वाले डिब्बे हैं और ये कटोरियां हैं जिसे कोलियां भी बोलते हैं और ये आटा छलने वाले और छलने हैं इससे जिसे वो लस्सी वगैरह बनाते हैं ये बर्तन धोने वाले हैं इस एक के अंदर 6-6 मौजूद है इसमें 4 मौजूद है इसमें 12 मौजूद है और इसमें 12 मौजूद है ये बोतलें हैं 6 और ये वाशरूम साफ करने वाले और ये डिब्बे हैं जो मग्गे भी होते हैं और ये कुछ डिब्बे हैं और ये जो एयरबंड वाले डालने वाले होते हैं ये कुछ और डिब्बे हैं और ये हैं जो हम जिसके अंदर फ्रिज में वो बनाते हैं बर्फ के और ये साबुनदानियाँ हैं जिसके अंदर साबुन रखा जाता है ये भी 12 हैं यानी कि एक दर्जन है और ये ब्रश हैं जिससे कपड़े धोए जाते हैं ये नींबू वाले हैं ये कंघियों का पूरा एक डिब्बा है जिसके अंदर 12 कंघियां मौजूद हैं ये भी ब्रश और भी हैं वॉशरूम वाले और ये फीडर भी हैं और ये काफी बचत आ जाती है चीजा दे विच काफी 130 150 160 यानी कि बचत हो जाती है इतने ले लेंदे हैं माशाल्लाह कारोबार सही चल जाता है ये तो है हाँ जी मैं अपना कारोबार बढ़ाऊंगी अल्लाह खैर करे इंशाल्लाह ताला बहुत बहुत थोड़ी मेहरबानी शुक्रिया इंशाल्लाह हाँ मेरा कारोबार बहुत तुसी दुआ करे मेरा कारोबार बहुत इंशाल्लाह सब दुआ करेंगे हाँ कि बाजी का कारोबार इंशाल्लाह सही सही चलेगा हाँ तो कोशिश करेंगे कि खुशी गमी के मौके पर बाजी के पास हाँ आते भी रहेंगे इंशाल्लाह मैं थोड़ी बहुत बहुत मेहरबानी देखो हम मेनू राशन महीने का मिल गया माशाल्लाह मेरा महीना 1.5 सुकून ना लंघ जाना आ जेड़ा माशाल्लाह समान आ ये मैं अपना उठे पाऊंगी मैं इहदे विचों जेड़ी बचत करो अपनी कोई ना कोई काम वधा सकदी मैं अपना कारोबार शुरू चलो माशाल्लाह बाजी बहुत खुश है के लिए आटा और सारा घी और ये सारा राशन माशाल्लाह महीने दो दा मेरे को राशन है हां जी जेड़ी बचत है वो मैं अपना हो सामान पा के और मैं दुकान जाके अपनी बढ़ा इसलिए हम भी राशन देते हैं ताकि उसमें से ना एक महीना इसमें से ना निकाले जो बचत हो उसका हां जी एदे विचो जेड़ी ए बचत
चलो ठीक है बाजी, इन्हीं खुशियों के साथ अबू जी हम लोग भी चलते हैं। तो इंशाल्लाह सबकी दुआएं हैं। बाजी कहती है सब मेरे लिए दुआ करें कि मैं अपना कारोबार चला लूं और बढ़ाऊं इसे, और मैं अपना घर भी खुद बनवाऊं, अपना वॉशरूम भी बनवाऊं। और आज की ये वीडियो हम लोग डेडिकेट करेंगे राशिदा शब्बीर को। अल्लाह ताला उनका दिया हुआ कबूल फरमा लें, आमीन सुम्मा आमीन। और उन सबका बहुत शुक्रिया जो हमारे साथ खड़े हुए हैं हमारे साथ। व्यूअर्स, अब मैं आपको बताती हूँ हमारे चैनल को सब्सक्राइब करने का तरीका। ये ऊपर हमारी वीडियो चल रही है, नीचे टूर एंड टेस्ट लिखा हुआ है, तो टूर एंड टेस्ट के बिल्कुल सामने ही ये सब्सक्राइब रेड कलर में लिखा हुआ है, इसे क्लिक करेंगे। जैसे ही क्लिक किया ये ब्लैक हो चुका है, मतलब ये सब्सक्राइब हो चुका है। और लाइफ में एक ही बार सब्सक्राइब किया जाता है। और इसके बाद ये बेल का आइकन आ गया है, घंटी का आइकन, इसको क्लिक करेंगे और ऑल लिखा हुआ है इसको भी क्लिक कर देंगे। अब नोटिफिकेशन भी ऑन हो चुकी है, अब जैसे ही हमारी नई वीडियो आया करेगी आपको बर वक्त मिल जाएगा।